ਸਤਿ ਸ਼੍ਰੀ ਅਕਾਲ ਜੀ। ਅੱਜ ਜੀ ਆਪਾਂ ਤੁਹਾਨੂੰ ਦੱਸਾਂਗੇ ਨਿੰਬੂਆਂ ਦੀ ਚਟਣੀ ਬਣਾਉਣੀ ਇੱਕ ਬਹੁਤ ਹੀ ਵਧੀਆ ਢੰਗ ਦੇ ਨਾਲ। ਸੋ ਆਜੋ ਤੁਹਾਨੂੰ ਪਹਿਲਾਂ ਤਾਂ ਦੱਸਦਿਆਂ ਵੀ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਕਿ ਨਿੰਬੂਆਂ ਦੀ ਚਟਣੀ ਦੇ ਲਈ ਆਪਾਂ ਨਿੰਬੂ ਲੈ ਲੈਣੇ ਆ, ਪਿਆਜ਼ ਲੈ ਲੈਣੇ ਆ, ਟਮਾਟੋ ਲੈ ਲੈਣੇ ਆ ਤੇ 2 ਕਲੀਆਂ ਜੀ ਆਪਾਂ ਲਸਣ ਦੀਆਂ ਲੈ ਲੈਣੀਆਂ ਨੇ। 1.5 ਚਮਚ ਜੀ ਆਪਾਂ ਲੈ ਲੈਣਾ ਜੀ ਚੀਨੀ ਦਾ ਤੇ 1.5 ਚਮਚੀ ਲੈ ਲੈਣਾ ਜੀ ਆਪਾਂ ਨੇ ਨਮਕ। ਸੋ ਆਜੋ ਅੱਗੇ ਦਿਖਾਉਂਦੇ ਆ ਜੀ। ਹਾਂਜੀ, ਹੁਣ ਆਪਾਂ ਇਹਦੇ ਵਿੱਚ ਪਾਇਆ ਸੀ ਤੇਲ, ਤੇਲ ਨੂੰ ਕਾੜ ਲਿਆ। ਜੇ ਤੁਹਾਡੇ ਕੋਲ ਘਿਓ ਆ ਘਿਓ ਵੀ ਤੁਸੀਂ ਲੈ ਸਕਦੇ ਹੋਗੇ। ਤੇ ਸਭ ਤੋਂ ਪਹਿਲਾਂ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਨਿੰਬੂ ਜੀ। ਪਹਿਲਾਂ ਹੀ ਆਪਾਂ ਨਿੰਬੂਆਂ ਨੂੰ ਪਕਾਵਾਂਗੇ। ਇਹ ਜੀ ਸਾਡੇ ਕੋਲ ਨੇ ਕਾਗਜ਼ੀ ਨਿੰਬੂ, ਬਾਕੀ ਤੁਸੀਂ ਕਿਸੇ ਵੀ ਕਿਸਮ ਦਾ ਨਿੰਬੂ ਲੈ ਸਕਦੇ ਹੋ। ਹਾਂਜੀ, ਪਹਿਲਾਂ ਆਪਾਂ ਨਿੰਬੂਆਂ ਨੂੰ ਪਕਾਇਆ ਜੀ। ਨਿੰਬੂਆਂ ਨੂੰ ਪਕਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼। ਹਾਂਜੀ, ਹੁਣ ਪਿਆਜ਼ ਪੱਕਣ ਤੋਂ ਬਾਅਦ ਜੀ ਆਪਾਂ ਪਾ ਲਾਂਗੇ ਟਮਾਟੋ ਤੇ ਆਪਣੀ ਚਿੱਲੀ ਪਾ ਲਾਂਗੇ। ਪਿਆਜ਼ ਜੋ 2 ਕਲੀਆਂ ਲਸਣ ਦੀਆਂ ਨੇ ਇਹ ਵੀ ਪਾ ਲਾਂਗੇ ਜੀ। ਹੁਣ ਇਹ ਪੱਕਦੇ ਪਏ ਨੇ ਤੇ ਆਹ ਤੇਲ ਜਿਹਾ ਛੱਡਣ ਲੱਗ ਪਏ। ਹਾਂਜੀ, ਹੁਣ ਆਪਣੀਆਂ ਇਹ ਸਭ ਚੀਜ਼ਾਂ ਪੱਕ ਚੁੱਕੀਆਂ ਨੇ ਜੀ। ਹੁਣ ਆਪਾਂ ਇਹਨਾਂ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਜੀ ਠੰਡਾ ਹੋਣ ਦੇ ਲਈ। ਜਦੋਂ ਇਹ ਠੰਡਾ ਹੋ ਗਿਆ ਤਾਂ ਅੱਗੇ ਦਿਖਾਉਂਦੇ ਆ ਤੁਹਾਨੂੰ ਵੀ ਕਿਵੇਂ ਆਪਾਂ ਚਟਣੀ ਬਣਾਉਣੀ ਆ। ਹਾਂਜੀ, ਹੁਣ ਇਹ ਆਪਣੀਆਂ ਸਭ ਚੀਜ਼ਾਂ ਠੰਡੀਆਂ ਹੋ ਚੁੱਕੀਆਂ ਨੇ ਜੀ ਅਤੇ ਆਪਾਂ ਇਹਦਾ ਤੇਲ ਨਿਚੋੜ ਲਿਆ ਅਤੇ ਆਪਾਂ ਹੁਣ ਇਹਨੂੰ ਮਿਕਸੀ ਦੇ ਵਿੱਚ ਪਾ ਲਾਂਗੇ। ਅਤੇ ਹੁਣ ਆਪਾਂ ਇਹਦੇ ਵਿੱਚ ਜੀ ਪਾ ਲਾਂਗੇ ਚੀਨੀ ਅਤੇ ਨਮਕ। ਅਤੇ ਵਿੱਚ ਥੋੜ੍ਹਾ ਜਿਹਾ ਪਾ ਲਾਂਗੇ ਜੀ ਪਾਣੀ। ਆਹ ਦੇਖੋ ਜੀ ਚਟਣੀ ਆਪਣੀ ਕਿੰਨੀ ਵਧੀਆ ਹੋ ਚੁੱਕੀ ਹੈਗੀ। ਅਤੇ ਇਹਦੇ ਨਾਲ ਇਹਨੂੰ ਜਦ ਤੁਸੀਂ ਬਣਾਓਗੇ ਜੀ, ਜੇ ਵਿਚ ਦੀ ਤੁਹਾਨੂੰ ਲੱਗੇ ਵੀ ਨਹੀਂ ਬਣਦੀ ਅਤੇ ਨਾਲ ਨਾਲ ਬਸ ਥੋੜ੍ਹਾ ਥੋੜ੍ਹਾ ਪਾਣੀ ਪਾਈ ਆਇਓ ਇਹਦੇ ਵਿੱਚ, ਸੋ ਆਪਣੀ ਤਾਂ ਇਹ ਚਟਣੀ ਬਹੁਤ ਵਧੀਆ ਬਣ ਗਈ। ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਣੀ ਆ ਜੀ। ਬਾਕੀ ਤੁਸੀਂ ਵੀ ਬਣਾ ਕੇ ਦੇਖਿਓ, ਬਾਕੀ ਤੁਸੀਂ ਦੱਸਿਓ ਆਪਾਂ ਨੂੰ ਵੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ। ਧੰਨਵਾਦ ਜੀ।